ਤੁਸੀਂ ਪੰਜ ਗੱਡੀਆਂ ਲੈ ਜਾਓ ਇੱਥੋਂ, ਜੈਗੁਆਰ ਲੈ ਜਾਓ, ਲਿਮੋਜ਼ਿਨ ਲੈ ਜਾਓ, ਚਾਹੇ ਤੁਸੀਂ ਜੀਪ ਵੈਗਨ ਲੈ ਜਾਓ, ਰੇਂਜ ਰੋਵਰ ਲੈ ਜਾਓ, ਪੰਜ ਗੱਡੀਆਂ ਦੇ ਤੁਸੀਂ ਪੈਸੇ ਦੇ ਦਿਓ, ਸਾਰੇ ਡੀਲਰ ਸਕਰੀਨਸ਼ਾਟ ਲੈ ਕੇ ਇੱਥੇ ਪਹੁੰਚ ਜਾਓ। ਆਹ ਗੱਡੀ ਆਹ ਸਾਨੂੰ ਬਿਲਕੁਲ ਛੇਵੀਂ ਗੱਡੀ ਫ੍ਰੀ ਦੇਣਗੇ। ਇੱਕ ਜਿਹੜਾ ਤੁਹਾਡਾ ਡ੍ਰੀਮ ਹੁੰਦਾ ਨਾ ਬਈ ਮੈਂ ਤਾਂ ਬਾਈ ਲਿਮੋਜ਼ਿਨ 'ਚ ਜਾਣੀ ਆ, ਡੋਲੀ ਲੈਣਾ ਨਾ, ਆਹ ਲਿਮੋਜ਼ਿਨ ਗੱਡੀ ਖੜੀ ਆ, ਪੂਰਾ ਟਰੱਕ ਦਾ ਟਰੱਕ ਆ, ਇਹਦੇ ਵਿੱਚੇ ਕਮਰੇ ਬਣੇ ਆ, ਇਹਦੇ ਵਿੱਚੇ ਬਾਰ ਬਣੇ ਆ, ਵੀ ਤੁਸੀਂ ਫੀਲ ਕਰੋਗੇ ਵੀ ਹਾਂ ਬਈ ਰਾਜਿਆਂ ਵਾਂਗੂ ਆਪਾਂ ਵਿਆਹਣ ਚੱਲੇ ਹਾਂ। ਜੈਗੁਆਰ ਦੇ ਮਾਡਲ ਕਾਫੀ ਖੜੇ ਆ, ਆਡੀ ਖੜੀ ਆ, ਜੀ ਵੈਗਨ ਖੜੀ ਆ, ਰੇਂਜ ਰੋਵਰਸ ਖੜੀਆਂ, ਜਿਹੜੀਆਂ ਅੱਜ ਕੱਲ੍ਹ ਟੌਪ ਦੀਆਂ ਗੱਡੀਆਂ ਚੱਲ ਰਹੀਆਂ ਆ ਉਹ ਤੁਹਾਨੂੰ ਇੱਥੇ ਮਿਲ ਜਾਂਦੀਆਂ ਆ। ਸਾਫ ਕਾਰਸ ਹੈ ਨਾ, ਸਾਫ ਕਾਰਸ ਹੈਗੀ ਆ ਜੀ ਵੈਗਨ। ਇਸ ਗੱਡੀ ਦੇ ਵਿੱਚ ਵੀ ਤੁਸੀਂ ਚਾਹੁੰਦੇ ਹੋ ਵੀ ਆਪਾਂ ਡੋਲੀ ਲੈ ਕੇ ਆਉਣੀ ਆ, ਤੁਸੀਂ ਲੈ ਕੇ ਆ ਸਕਦੇ ਆ। ਨਾਲ ਹੀ ਮੈਂ ਦਿਖਾ ਦਿੰਦਾ ਰੇਂਜ ਰੋਵਰ, ਰੇਂਜ ਰੋਵਰ ਦੇ ਵਿੱਚ ਵੀ ਮਾਡਲਸ ਹੈਗੇ ਆ, ਜੈਗੁਆਰ ਦੇ ਵਿੱਚ ਵੀ ਹੈਗੇ ਆ। 10,000 ਰੁਪਏ 'ਚ ਭਾਜੀ ਕਿਹੜਾ ਬ੍ਰਾਂਡ ਦੇ ਦੂੰਗਾ 10,000 'ਚ? ਆਡੀ ਭਾਜੀ, ਆਡੀ A6 ਦਊਂਗਾ 10,000 ਰੁਪਏ 'ਚ। ਅੱਜ ਦੇ ਟਾਈਮ ਦੇ ਵਿੱਚ ਇਨੋਵਾ ਗੱਡੀ ਵੀ 10,000 ਦੀ ਨਹੀਂ ਦਿੰਦਾ ਕੋਈ, 10,000 ਦੀ ਇਨੋਵਾ ਗੱਡੀ ਨਹੀਂ ਮਿਲਦੀ। ਲੈ ਜਾਓ ਇੱਥੋਂ ਆਡੀ A6, ਤੁਹਾਨੂੰ 10,000 ਦੇ ਵਿੱਚ ਦੇ ਦਿੰਦੇ ਹੈਗੇ ਆ, ਲਗਜ਼ਰੀ ਗੱਡੀਆਂ ਹੈਗੀਆਂ। ਮੈਂ DJ ਦੇ ਨਾਲ ਨਾਲ ਕਲਚਰ ਗਰੁੱਪ, ਵੈਸਟਰਨ ਗਰੁੱਪ, ਰਸ਼ੀਅਨ ਗਰੁੱਪ, ਸਾਰੇ ਗਰੁੱਪ, ਬੈਂਡ, ਕੈਟਰਸ, ਡੈਕੋਰੇਸ਼ਨਸ, ਹੋਮ ਡੈਕੋਰੇਸ਼ਨ, ਸਾਰਾ ਕੁਛ ਮੈਂ ਪ੍ਰੋਵਾਈਡ ਕਰਵਾਉਂਦਾ। ਭਾਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ, ਕਿਸੇ ਕੰਟਰੀ ਦੇ ਵਿੱਚ ਵੀ ਬੈਠੇ ਹਾਂ, ਤੁਸੀਂ ਜਦੋਂ ਇੱਥੇ ਆਉਂਦੇ ਆ ਪਹਿਲਾਂ ਤੁਹਾਡਾ 10 ਦਿਨ 15 ਦਿਨ ਖਰਾਬ ਹੋ ਜਾਂਦੇ ਆ ਵੀ ਆਪਾਂ ਵੀ ਕਿਹਨੂੰ ਬੁੱਕ ਕਰਨਾ, ਕਿੱਦਾਂ ਕਰਨਾ। ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰ ਸਕਦੇ ਹਾਂ, ਤੁਹਾਡੇ ਵੀ ਘਰ ਦੇ ਵਿੱਚ ਫੰਕਸ਼ਨ, ਚਾਹੇ ਛੋਟਾ ਫੰਕਸ਼ਨ ਆ ਚਾਹੇ ਵੱਡਾ ਫੰਕਸ਼ਨ ਆ, ਸਾਫ ਡੀਜ਼ਲ ਤੁਸੀਂ ਬੁੱਕ ਕਰ ਸਕਦੇ ਹਾਂ। ਹੋਰ ਇੱਕ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ, ਤੁਹਾਡੇ ਕਰਕੇ ਮੈਂ ਦੱਸਣ ਲੱਗਾ ਇੱਕ ਮਜ਼ੇ ਦੀ ਗੱਲ। ਮੇਰਾ ਡਰਾਈਵਰ ਅਗਰ ਗੱਡੀ ਲੈ ਕੇ ਜਾਂਦਾ ਵਾ ਨਾ, ਗੱਡੀ ਲੈ ਕੇ ਜਾਂਦਾ, ਉਹ ਸ਼ਾਮ ਨੂੰ ਜਦੋਂ ਗੱਡੀ ਫ੍ਰੀ ਹੁੰਦੀ ਆ ਸ਼ਗਨ ਵੇਲੇ ਖੜ ਜਾਂਦੇ ਜੀ ਟਾਕੀ ਦੇ, ਅਗਰ ਮੇਰਾ ਡਰਾਈਵਰ ਗੱਡੀ ਦੀ ਟਾਕੀ 'ਤੇ ਖੜ ਜਾਵੇ, ਉਹਨੂੰ ਪੇਮੈਂਟ ਮੇਰੀ ਜਿਹੜੀ ਆ ਪੇਮੈਂਟ ਨਹੀਂ ਦੇਣੀ, ਉਹਨੂੰ ਉਹਦਾ ਸ਼ਗਨ ਦੇ ਦਿਉ। ਉਹ 5,000 ਮੰਗਦਾ, 10,000 ਮੰਗਦਾ, ਉਹ ਦੇ ਦਿਉ ਉਹਨੂੰ, ਮੇਰੀ ਪੇਮੈਂਟ ਨਾ ਦਿਉ ਕਿ ਅਸੀਂ ਭਾਅ ਜੀ ਨੂੰ ਦੇ ਦਾਂਗੇ ਆਪੇ ਆਫਿਸ ਜਾ ਕੇ, ਉਹ ਮੇਰੀ ਪੇਮੈਂਟ ਰੱਖ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ। ਇੱਕ ਵੱਡੀ ਗੱਲ ਆ ਭਾਜੀ, ਬਹੁਤ ਵੱਡੀ ਗੱਲ ਆ, ਪੂਰੇ ਪੰਜਾਬ ਦੇ ਵਿੱਚ ਇਹ ਰਿਵਾਜ਼ ਚੱਲਦੇ ਆ। ਇੱਕ ਤਾਂ ਅਗਲਾ 20-25-30-40-50,000 ਜਿੱਦਾਂ ਦੀ ਗੱਡੀ ਆ ਉਹ ਕਿਰਾਇਆ ਦਿੰਦਾ, ਉਸ ਤੋਂ ਬਾਅਦ ਜਿਹੜੇ ਡਰਾਈਵਰ ਹੁੰਦੇ ਆ ਨਾ ਗੱਡੀਆਂ ਦੇ ਬਾਹਰ ਖੜ੍ਹ ਜਾਂਦੇ ਰੀਬਨ ਲੈ ਕੇ ਵੀ ਲਿਆਓ ਜੀ ਤਾਂ ਨਿਕਲ ਜਾਣਾ, ਸਾਨੂੰ ਕੁਛ ਦਿਓ ਸ਼ਗਨ ਨਾ, ਕੋਈ 5,000 ਕੋਈ 10,000 ਮੰਗਦਾ, ਉਦੋਂ ਪਰਿਵਾਰਾਂ 'ਤੇ ਬੋਝ ਪੈਂਦਾ। ਪਰ ਬਾਈ ਜੀ ਨੇ ਸਾਫ਼ ਸੁਥਰੀ ਗੱਲ ਕਰਤੀ ਵੀ ਇਹਨਾਂ ਦਾ ਡਰਾਈਵਰ ਤਾਕੀ 'ਤੇ ਨਹੀਂ ਖੜੂਗਾ, ਜੇ ਖੜੂਗਾ ਤੁਸੀਂ ਉਹਨੂੰ ਪੈਸੇ ਦੇ ਦਿਓ, ਗੱਡੀ ਦੇ ਪੈਸੇ ਛੱਡੇ। ਕੋਈ ਵੀ ਪੰਜਾਬ ਦੇ ਲੋਕਾਂ ਦੀਆਂ ਇਹ ਅੰਦਰਲੇ ਭੇਜ ਆ, ਤੁਹਾਡੀਆਂ ਅੱਖਾਂ ਖੋ ਰਹੇ ਆ ਨਾ, ਕਿੱਦਾਂ ਲੁੱਟ ਹੋ ਰਹੀ ਆ, ਕਿੱਦਾਂ ਲੋਕ ਲੁੱਟਦੇ ਆ, ਪਹਿਲਾਂ ਗੱਡੀ ਦੇ ਪੈਸੇ, ਫਿਰ ਤੁਹਾਡੇ ਕੋਲੋਂ ਡੈਕੋਰੇਸ਼ਨ ਦੇ ਪੈਸੇ, ਫਿਰ ਉਹਨਾਂ ਦਾ ਡਰਾਈਵਰ, ਲਿਆਓ ਜੀ ਸਾਨੂੰ ਪੈਸੇ, ਹੈ ਨਾ, ਤੁਸੀਂ ਸਾਰੇ ਪਾਸੇ ਲੁੱਟ ਹੋ ਜਾਂਦੇ ਆ, ਡਬਲ ਪੈਸੇ ਦੇ ਕੇ ਛੁੱਟਦੇ ਹੋ। ਪਰ ਇੱਥੇ ਸਾਫ਼ ਸੁਥਰੀ ਸਿੱਧੀ ਜਿਹੀ ਗੱਲ ਆ, ਗੱਡੀ ਦੇ ਪੈਸੇ ਦੇਣੇ ਤੁਸੀਂ, ਕੋਈ ਡੈਕੋਰੇਸ਼ਨ ਦਾ ਪੈਸਾ ਨਹੀਂ ਦੇਣਾ, ਕੋਈ ਡਰਾਈਵਰ ਨੂੰ ਪੈਸਾ ਨਹੀਂ ਦੇਣਾ, ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਅੱਧੇ ਪੈਸਿਆਂ ਦੇ ਵਿੱਚ ਤੁਹਾਡਾ ਕੰਮ ਹੋ ਜਾਣਾ ਆ। ਮੇਰਾ ਜਿਹੜਾ ਡਰਾਈਵਰ ਆ ਨਾ ਉਹ ਵੈਲ ਡਰੈਸ 'ਚ ਹੋਊਗਾ, ਜਿੱਦਾਂ ਭਾਅ ਜੀ ਮੇਰੇ ਖੜ੍ਹੇ ਆ, ਦੇਖੋ ਇੱਦਾਂ ਦੀ ਡਰੈਸਅਪ ਹੋਊਗਾ, ਪ੍ਰੋਪਰ ਡਰੈਸਅਪ ਹੋਊਗਾ ਡਰਾਈਵਰ ਦਾ, ਇਹ ਨਹੀਂ ਬਲੈਕ ਸ਼ਰਟ, ਵਾਈਟ ਸ਼ਰਟ, ਬਲੈਕ ਪੈਂਟ ਜਾਂ ਗ੍ਰੇ ਕਲਰ, ਮਤਲਬ ਕਿ ਵੈਲ ਡਰੈਸਅਪ ਹੋਊਗਾ ਸਾਡਾ। ਡੀਜ਼ੇ ਦੇ ਵਿੱਚ ਬਹੁਤ ਵੱਡਾ ਨਾਮ ਸੀਗਾ ਤੁਹਾਡਾ, ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਹੈਗਾ, ਖਾਸ ਤੌਰ 'ਤੇ ਵਰਲਡਵਾਈਡ ਵੀ ਲੋਕਾਂ ਨੂੰ ਪਤਾ ਜਿਹੜਾ ਤੁਹਾਨੂੰ ਫੋਲੋ ਕਰਦੇ ਆ। ਪਰ ਕੈਟਰਿੰਗ ਦੀ ਗੱਲ ਕਰ ਲਓ ਤੁਸੀਂ, ਡੈਕੋਰੇਸ਼ਨ ਦੀ ਗੱਲ ਕਰ ਲਓ, ਤੁਹਾਡਾ ਸਟਾਈਲ ਦੇਖਿਆ, ਜੇ ਤਾਂ ਕਿਸੇ ਨੂੰ 4-star ਚਾਹੀਦਾ ਤੁਸੀਂ 4-star ਸਰਵਿਸ ਦੇ ਦਿੰਦੇ ਹੋ, ਜੇ 5-star ਚਾਹੀਦੀ ਆ, ਪਰ ਹੋਟਲਾਂ ਨੂੰ ਪਿੱਛੇ ਛੱਡਤਾ ਤੁਸੀਂ ਭਾਅ ਜੀ? ਹਜੇ ਤਾਂ ਇਹ ਸ਼ੁਰੂਆਤ ਆ ਮੇਰੀ, ਹਜੇ ਸ਼ੁਰੂਆਤ ਆ, ਹਜੇ ਸ਼ੁਰੂਆਤ ਦੀ ਦੌਰ 'ਚ ਤੁਹਾਨੂੰ ਮੈਂ ਅਪਰ ਲੈਵਲ 'ਤੇ ਲੈ ਕੇ ਜਾ ਰਿਹਾ ਹਾਂ, ਅੱਗੋ ਅੱਗੋ ਦੇਖੋ ਇਹ ਬਣਨਾ ਕੀ ਆ, ਅੱਗੋ ਅੱਗੋ ਤੁਹਾਨੂੰ ਦਿਖਾਊਂਗਾ ਕੀ ਹੁੰਦੀ ਕੈਟਰਿੰਗ। ਜਿੱਦਾਂ ਮੈਂ DJ 'ਚ ਡਿਫਰੈਂਟ ਕਰਦਾ, ਲਗਜ਼ਰੀ ਕਾਰਾਂ 'ਚ ਮੇਰੇ ਕੋਲ ਡਿਫਰੈਂਟ ਖੜੀਆਂ, ਉਹਦਾ ਕਾਰਨ ਇਹੀ ਹੈ ਕਿ ਮੈਨੂੰ ਸ਼ੌਂਕ ਆ, ਮੈਂ ਪੈਸਿਆਂ ਲਈ ਨਹੀਂ ਕੰਮ ਕਰਦਾ, ਮੈਨੂੰ ਸ਼ੌਂਕ ਆ, ਮੇਰਾ ਸਾਰਾ ਕੁਛ ਬਿਜ਼ਨਸ ਆਪਣਾ, ਮੈਨੂੰ ਅਪਗ੍ਰੇਡ 'ਚ ਹੋਰ ਲੈ ਕੇ ਜਾਣਾ। ਹਜੇ ਤਾਂ ਕੈਟਰਿੰਗ ਸ਼ੁਰੂਆਤ ਆ ਭਾਅ ਜੀ ਮੇਰੀ। ਸੱਭਿਆਚਾਰਕ ਤਾਂ ਆਪਾਂ ਪੰਜਾਬ ਦਾ ਜਿਹੜਾ ਸੀਗਾ ਨਾ ਉਹ ਤਾਂ ਆਪਾਂ ਕਰਦੇ ਹੀ ਕਰਦੇ ਹਾਂ, ਆਪਾਂ ਤਾਂ ਗੋਰੀਆਂ ਨੂੰ ਪੰਜਾਬੀ ਗਿੱਧਾ ਸਿਖਾ ਤਾ, ਹੋਰ ਦੱਸੋ ਕੀ ਕਰੀਏ, ਗੋਰੀਆਂ ਹੁਣ ਇੱਥੇ ਆ ਕੇ ਪੰਜਾਬੀ ਗਿੱਧਾ ਕਰਦੀਆਂ ਆ। 1 ਰੁਪਏ ਦੀ ਸਿਰ ਦਰਦੀ ਨਹੀਂ, 1 ਪੈਣੀ ਦੀ ਸਿਰ ਦਰਦੀ ਨਹੀਂ ਮੈਂ ਦਿੰਦਾ, ਉਹ ਇਸ ਗੱਲ ਕਰਕੇ ਉਹ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਪਤਾ ਇਹਦਾ ਕੰਮ ਸਾਫ਼ ਸੁਥਰਾ ਆ, ਜੋ ਕਹਿਤਾ ਉਹ ਹੁੰਦਾ ਆ, ਇਹ ਨਹੀਂ ਹੈਗਾ ਕਹਿਣਾ ਕੁਛ ਕਰਨਾ ਕੁਛ, ਕੀਤੀ ਲੈਮੋਜਿਨ ਭੇਜੀ ਉੱਥੇ ਮਸਡੀ, ਇੱਦਾਂ ਨਹੀਂ ਕਦੀ ਹੋਇਆ। ਇਹ ਆਪਾਂ ਆਪਣਾ ਕੰਮ ਇਹ ਆ ਕਿ ਜੋ ਕਹਿਆ ਕਮਿਟ ਇਜ਼ ਕਮਿਟਮੈਂਟ। ਇਹ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ, ਤੁਹਾਡੇ ਬਹੁਤ ਸਾਰੇ ਫਾਇਦੇ ਹੋਣੇ, ਤੁਹਾਨੂੰ ਹੁਣ ਇੱਦਾਂ ਨਹੀਂ ਹੈਗਾ ਵੀ DJ ਕਿਤੇ ਹੋਰ ਕਰਨਾ ਪੈਣਾ, ਲਗਜ਼ਰੀ ਕਾਰ ਕਿਤੇ ਹੋਰ ਲੈਣੀ ਪੈਣੀ ਆ, ਕੈਟਰਿੰਗ ਕਿਤੇ ਹੋਰ ਕਰਨੀ ਪੈਣੀ ਆ।
ਸਾਂਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਆ ਹਰਦੀਪ ਸਿੰਘ ਤੱਗੜ। ਅਸੀਂ ਹਮੇਸ਼ਾ ਹੀ ਤੁਹਾਡੇ ਲਈ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਉਂਦੇ ਆ। ਸਾਡਾ ਇੱਕੋ ਹੀ ਮਕਸਦ ਹੁੰਦਾ ਕਿ ਤੁਹਾਡਾ ਫਾਇਦਾ ਹੋਵੇ, ਕਿਉਂਕਿ ਇਸ ਵੇਲੇ ਪੂਰਾ ਵੈਡਿੰਗ ਸੀਜ਼ਨ ਵੀ ਚੱਲ ਰਿਹਾ ਆ। ਬਹੁਤ ਸਾਰੇ NRIs ਇੱਥੇ ਆ ਚੁੱਕੇ ਆ, ਬਹੁਤ ਸਾਰੇ ਲੋਕ ਇਹ ਚਾਹੁੰਦੇ ਹੁੰਦੇ ਆ ਵੀ ਉਹਨਾਂ ਦਾ ਫਾਇਦਾ ਹੋਵੇ। ਅਸੀਂ ਵੱਖੋ ਵੱਖਰੀ ਕੈਟਾਗਰੀਜ਼ ਦੇ ਵਿੱਚ ਤੁਹਾਡੇ ਫਾਇਦੇ ਕਰਾਉਂਦੇ ਹਾਂ। ਸੋ ਹੁਣ ਜਿਵੇਂ ਤੁਹਾਨੂੰ ਦੱਸਿਆ ਕਿ ਵੈਡਿੰਗ ਸੀਜ਼ਨ ਚੱਲ ਰਿਹਾ ਅਤੇ ਵੈਡਿੰਗ ਦੇ ਵਿੱਚ ਖਾਸ ਤੌਰ 'ਤੇ DJ ਬਹੁਤ ਜ਼ਰੂਰੀ ਹੁੰਦਾ ਆ। ਉਸ ਤੋਂ ਬਾਅਦ ਡੈਕੋਰੇਸ਼ਨਸ ਆ ਗਏ, ਉਸ ਤੋਂ ਬਾਅਦ ਕੈਟਰਿੰਗ ਆ ਗਈ, ਉਸ ਤੋਂ ਬਾਅਦ ਜਿਹੜੀਆਂ ਆਹ ਲਗਜ਼ਰੀ ਕਾਰਸ ਹੈਗੀਆਂ ਇਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ। ਬਹੁਤ ਸਾਰੇ ਲੋਕਾਂ ਨੇ ਸਾਨੂੰ ਫੋਨ ਕਾਲਸ ਵੀ ਕੀਤੇ, ਕਮੈਂਟਸ ਵੀ ਕੀਤੇ। ਉਹ ਕਹਿੰਦੇ ਸੀਗੇ ਵੀ ਸਾਨੂੰ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਨਾਮ ਦੱਸੋ ਜਿੱਥੇ ਉਹਨਾਂ ਦੇ ਪੈਸੇ ਬਚਣ, ਜਿੱਥੇ ਉਹਨਾਂ ਨੂੰ ਸਰਵਿਸ ਵਧੀਆ ਮਿਲੇ, ਜਿੱਥੇ ਉਹਨਾਂ ਨੂੰ ਲੱਗੇ ਵੀ ਹਾਂ ਵੀ ਸਾਡੇ ਵਿਆਹ ਦੇ ਵਿੱਚ ਵਾਕਈ ਲਗਜ਼ਰੀ ਕੰਮ ਹੋਇਆ। ਉਸ ਤੋਂ ਬਾਅਦ ਬੜੀ ਬਰੀਕੀ ਨਾਲ ਅਸੀਂ ਗੂਗਲ ਨੂੰ ਛਾਣਿਆ, ਗੂਗਲ ਦੇ ਉੱਤੇ ਸਰਚਾਂ ਕੀਤੀਆਂ ਵੀ ਬੈਸਟ DJ ਕਿਹੜਾ ਹੈਗਾ ਪੰਜਾਬ ਦੇ ਵਿੱਚ, ਕਿਹੜਾ ਬੈਸਟ ਲਗਜ਼ਰੀ ਕਾਰਜ ਕਿਹਦੇ ਕੋਲ ਹੈਗੀਆਂ। ਅਤੇ ਉਸ ਤੋਂ ਬਾਅਦ ਬਹੁਤ ਹੀ ਮੁਸ਼ੱਦਤ ਦੇ ਬਾਅਦ ਜਿਹੜਾ ਕਿ ਸਾਹਿਬ DJ ਫਗਵਾੜਾ ਦਾ ਨਾਮ ਸਾਹਮਣੇ ਆਇਆ, ਅਤੇ ਪਿਛਲੇ 25 ਸਾਲਾਂ ਤੋਂ ਸਾਹਿਬ DJ ਨੇ ਆਪਣੀ ਵਿਲੱਖਣ ਪਹਿਚਾਣ ਫਗਵਾੜਾ ਸ਼ਹਿਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਬਣਾਈ ਹੋਈ ਆ। ਪੰਜਾਬ ਦੇ ਲੋਕਾਂ ਦੇ ਨਾਲ ਨਾਲ ਜਿਹੜੇ NRI ਇਹਨਾਂ ਦੇ ਕਸਟਮਰ ਆ ਉਹ ਵੀ ਕਾਫੀ ਖੁਸ਼ ਹੈਗੇ ਆ। ਅੱਜ ਅਸੀਂ DJ ਦੀ ਗੱਲ ਕਰਾਂਗੇ, ਡੈਕੋਰੇਸ਼ਨ ਦੀ ਗੱਲ ਕਰਾਂਗੇ, ਕੈਟਰਿੰਗ ਦੀ ਗੱਲ ਕਰਾਂਗੇ। ਵਿਆਹ ਦੇ ਵਿੱਚ ਲਗਜ਼ਰੀ ਕਾਰਾਂ ਇੱਕ ਇੰਪੋਰਟੈਂਟ ਹਿੱਸਾ ਬਣ ਚੁੱਕੀਆਂ, ਉਹ ਕਰਾਂਗੇ। ਹੁਣ ਸਾਡਾ ਨਾਮ ਮਨਜੀਤ ਸਿੰਘ ਜੀ, ਭਾਜੀ ਸਾਹਿਬ ਭਾਜੀ ਸਾਡੇ ਨਾਲ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭਾਜੀ ਕੰਗਰੈਚੁਲੇਸ਼ਨਸ, ਬਹੁਤ ਵੱਡਾ ਤੁਹਾਡਾ ਨਾਮ ਬਣਿਆ ਹੋਇਆ ਪੰਜਾਬ ਦੇ ਵਿੱਚ। ਸਾਡੇ ਦਰਸ਼ਕ ਕਹਿੰਦੇ ਸੀਗੇ ਵੀ ਵੈਡਿੰਗ ਸੀਜ਼ਨ ਆ ਵੀ ਸਾਨੂੰ DJ, ਸਾਨੂੰ ਕੈਟਰਿੰਗ, ਸਾਨੂੰ ਡੈਕੋਰੇਸ਼ਨ, ਸਾਨੂੰ ਆ ਲਗਜ਼ਰੀ ਕਾਰਾਂ ਹੈ ਨਾ ਇਹ ਚਾਹੀਦੀਆਂ। ਜਦੋਂ ਅਸੀਂ ਦੇਖਿਆ ਤਾਂ ਸਭ ਤੋਂ ਉੱਪਰ ਤੁਹਾਡਾ ਨਾਮ ਆਇਆ, ਕਾਫੀ ਇਹ ਇੱਕ ਵਧੀਆ ਗੱਲ ਹੈਗੀ ਆ। 25 ਸਾਲ ਹੋ ਗਏ ਪੂਰੇ ਇਸ ਲਾਈਨ ਨੂੰ ਕਰਦਿਆਂ, ਪਹਿਲੋਂ DJ ਦਾ ਕੰਮ ਸੀ, ਉਹ ਵੀ ਆਪਣਾ ਪੂਰਾ ਟੌਪ ਕਲਾਸ 'ਤੇ ਸੀ। ਹੁਣ ਜਿਹੜਾ ਵੈਡਿੰਗ ਸੀਜ਼ਨ ਚੱਲ ਰਿਹਾ ਉਹਦੇ ਵਿੱਚ ਆਪਾਂ ਲਗਜ਼ਰੀ ਕਾਰਾਂ ਜਿੰਨੀਆਂ ਵੀ ਆ ਲਗਜ਼ਰੀ ਕਾਰਾਂ ਖੜੀਆਂ ਉਹ ਮੇਰੀਆਂ ਆਪਣੀਆਂ ਖੁਦ ਦੀਆਂ ਆਪਣੀਆਂ ਖਰੀਦੀਆਂ ਹੋਈਆਂ, ਖੁਦ ਦੀਆਂ ਆਪਣੀਆਂ ਗੱਡੀਆਂ ਸਾਰੀਆਂ ਮੇਰੀਆਂ ਆਪਣੀਆਂ ਗੱਡੀਆਂ, ਇਹ ਤੁਹਾਨੂੰ ਸਾਰੀਆਂ ਵਿਆਹਾਂ 'ਤੇ ਪ੍ਰੋਵਾਈਡ ਕਰਨ ਲਈ ਹੈ। ਮੈਂ ਆਪਾਂ ਸਾਹਿਬ DJ ਦੀ ਗੱਲ ਕਰੀਏ, ਸਾਹਿਬ DJ ਦੇ ਬੈਨਰ ਹੇਠ ਤੁਸੀਂ ਕਿਹੜੀ ਕਿਹੜੀ ਸਰਵਿਸ ਪੰਜਾਬ ਦੇ ਲੋਕਾਂ ਦਿੰਦੇ ਹੋ? ਭਾਜੀ ਮੈਂ DJ ਦੇ ਨਾਲ ਨਾਲ ਕਲਚਰ ਗਰੁੱਪ, ਵੈਸਟਰਨ ਗਰੁੱਪ, ਰਸ਼ੀਅਨ ਗਰੁੱਪ, ਸਾਰੇ ਗਰੁੱਪ, ਬੈਂਡ, ਕੈਟਰਸ, ਡੈਕੋਰੇਸ਼ਨਸ, ਹੋਮ ਡੈਕੋਰੇਸ਼ਨ, ਸਾਰਾ ਕੁਝ ਮੈਂ ਪ੍ਰੋਵਾਈਡ ਕਰਵਾਉਂਦਾ। ਸੋ ਇਹ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ, ਤੁਹਾਡੇ ਬਹੁਤ ਸਾਰੇ ਫਾਇਦੇ ਹੋਣੇ। ਤੁਹਾਨੂੰ ਹੁਣ ਇਦਾਂ ਨਹੀਂ ਹੈਗਾ ਵੀ DJ ਕਿਤੇ ਹੋਰ ਕਰਨਾ ਪੈਣਾ, ਲਗਜ਼ਰੀ ਕਾਰ ਕਿਤੇ ਹੋਰ ਲੈਣੀ ਪੈਣੀ ਆ, ਕੈਟਰਿੰਗ ਕਿਤੇ ਹੋਰ ਕਰਨੀ ਪੈਣੀ ਆ। ਭਾਜੀ ਇੱਕ ਬੜੀ ਵੱਡੀ ਗੱਲ ਲੱਗੀ, ਪੰਜਾਬ ਦੇ ਲੋਕ ਤਾਂ ਖੁਸ਼ ਹੈਗੇ ਨਾ, ਜਦੋਂ ਅਸੀਂ ਰਿਵਿਊ ਚੈੱਕ ਕਰਦੇ ਸੀ NRI ਵੀ ਬੜੇ ਖੁਸ਼ ਸੀ। ਉਹ ਕਹਿੰਦੇ ਵੀ ਜਦੋਂ ਅਸੀਂ ਉੱਥੋਂ ਬਾਹਰੋਂ ਤੁਰਦੇ ਹਾਂ ਅਤੇ ਸਾਹਿਬ ਭਾਈ ਨੂੰ ਫੋਨ ਕਰਕੇ ਡੇਟਸ ਲਗਾ ਦਿੰਦੇ ਵੀ ਸਾਡੀਆਂ ਆਹ 2-3 ਡੇਟਾਂ ਹੈਗੀਆਂ, ਇਹਨਾਂ 'ਚ ਜਾਗੋ ਆ, ਵਿਆਹ ਆ, ਰਿਸੈਪਸ਼ਨ ਪਾਰਟੀ ਆ, ਸਾਰਾ ਹੀ ਕੰਮ ਤੁਹਾਡੇ ਸਾਈਡ 'ਤੇ ਸਿਰ ਦਿੰਦੇ ਆ। ਇੱਦਾਂ ਲੱਗਣ ਨਹੀਂ ਬੋਝ ਨਹੀਂ ਹੋਇਆ, ਕਿਉਂਕਿ ਤੁਹਾਨੂੰ ਮੈਂ ਦੇਖਦਾ ਰਿਹਾ ਤੁਹਾਡਾ ਕੋਈ ਫੰਕਸ਼ਨ ਜਲੰਧਰ ਹੁੰਦਾ, ਕੋਈ ਲੁਧਿਆਣੇ, ਕੋਈ ਅੰਮ੍ਰਿਤਸਰ, ਪਟਿਆਲੇ, ਇੱਕ ਦਿਨ ਦੇ ਵਿੱਚ 5-5 ਫੰਕਸ਼ਨ ਤੁਸੀਂ ਲਾ ਰਹੇ ਹੋ। ਭਾਜੀ ਇੱਕ ਦਿਨ ਦੇ 5-5 ਛੱਡੋ, 10-10 ਫੰਕਸ਼ਨ ਭੁਗਤਾਏ ਆਪਾਂ, ਹੈ ਨਾ। ਮੇਰੇ ਕੋਲ ਟੀਮ ਬਹੁਤ ਵੱਡੀ ਹੈ ਭਾਜੀ, ਕਿਉਂਕਿ ਮੈਨੂੰ ਦੁਬਾਰਾ ਕਹਿਣਾ ਨਹੀਂ ਪੈਂਦਾ, ਇੱਕ ਕੋਲ ਨਹੀਂ ਮੈਂ ਪਾਰਟੀ ਦੀ ਸੁਣਦਾ, ਕਿਉਂਕਿ ਇੱਕ ਫੰਕਸ਼ਨ ਬੁੱਕ ਕਰਨ ਤੋਂ ਬਾਅਦ ਅਗਰ ਪਾਰਟੀ ਨੇ ਟੈਨਸ਼ਨ ਹੀ ਲੈਣੀ ਆ, ਉਹਨੂੰ ਕੀ ਲੋੜ ਪਈ ਆ ਸਾਡੇ ਨਾਲ ਸਾਨੂੰ ਫੰਕਸ਼ਨ ਦੇਣ ਦੀ, ਹੈ ਨਾ। ਉਹ ਪਾਰਟੀ ਸਾਡੇ ਕੋਲ ਜਦੋਂ ਫੰਕਸ਼ਨ ਬੁੱਕ ਕਰਾਉਂਦੀ ਉਹਦੀ ਟੈਨਸ਼ਨ ਖਤਮ ਹੋ ਗਈ। ਉਹਦਾ ਕੰਮ ਪਾਰਟੀ ਦਾ ਸਿਰਫ ਸੀਗਾ ਕਿ ਆਪਾਂ ਨੂੰ ਫੰਕਸ਼ਨ ਬੁੱਕ ਕਰਾਉਣਾ, ਉਹਨੇ ਫੰਕਸ਼ਨ ਬੁੱਕ ਕਰਾਉਣ ਤੋਂ ਬਾਅਦ ਟੈਨਸ਼ਨ ਨਹੀਂ, ਉਹਨੂੰ ਕੀ ਲੋੜ ਪਈ। ਉਹ ਆਪਾਂ ਨੇ ਫੰਕਸ਼ਨ ਬੁੱਕ ਕਰਾਇਆ ਤਾ, ਉਹਨਾਂ ਨੇ ਸਰਵਿਸ ਨੋਟ ਕਰਾਤੀਆਂ ਵੀ ਏਅਰਪੋਰਟ ਤੋਂ ਲੈ ਕੇ ਵਾਪਸ ਏਅਰਪੋਰਟ ਤੱਕ ਦੀ ਸਰਵਿਸ ਮੇਰੀ ਹੁੰਦੀ ਆ। ਉਹਨਾਂ ਨੂੰ ਇੱਕ ਕਾਲ ਨਹੀਂ ਕਰਨੀ ਪੈਂਦੀ, ਇੱਕ ਕੁਛ ਕਹਿਣਾ ਨਹੀਂ ਪੈਂਦਾ, ਸਾਰੀਆਂ ਸਰਵਿਸ, DJ, ਐਵਰੀਥਿੰਗ, ਉਹਨਾਂ ਦਾ ਸਾਰੀ ਟੈਨਸ਼ਨ ਮੇਰੇ ਸਿਰ ਹੁੰਦੀ। ਮੇਰੇ ਕੋਲ ਟੀਮ ਵਰਕ ਬਹੁਤ ਵੱਡਾ ਆ, ਮੇਰੇ ਕੋਲ ਜਿਹੜੀ ਮੈਨੇਜਮੈਂਟ ਹੈ ਬਹੁਤ ਅੱਛੀ ਆ, ਕੁਛ ਵੀ ਨਹੀਂ ਕਰ ਮੈਨੂੰ ਕਹਿਣਾ ਪੈਂਦਾ। ਇਸ ਗੱਲ ਕਰਕੇ ਸਾਰੀਆਂ ਪਾਰਟੀਆਂ ਜਿਹੜੀਆਂ ਮੇਰੀਆਂ ਆਪਣੀਆਂ ਆ, ਜਿਹੜੀਆਂ ਪਾਰਟੀਆਂ ਮੈਨੂੰ ਬੁੱਕ ਕਰਾਉਂਦੀਆਂ ਨਾ, ਉਹ ਨੈਕਸਟ ਡੇ ਆ ਕੇ ਥੈਂਕਸ ਦੇ ਨਾਲ ਨਾਲ ਮੈਨੂੰ ਮਠਿਆਈ, ਡੱਬੇ, ਬੋਤਲਾਂ, ਉਹ ਸਾਰਾ ਕੁਛ ਮੈਨੂੰ ਦੇ ਕੇ ਜਾਂਦੇ ਆ ਕਿ ਤੁਹਾਡੀ ਸਰਵਿਸ ਗੁੱਡ ਸੀ, ਹੈ ਨਾ। ਬਾਕੀ ਤੁਸੀਂ ਭਾਵੇਂ ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ, ਕਿਸੇ ਕੰਟਰੀ ਦੇ ਵਿੱਚ ਵੀ ਬੈਠੇ ਆ, ਤੁਸੀਂ ਜਦੋਂ ਇੱਥੇ ਆਉਂਦੇ ਆ ਪਹਿਲਾਂ ਤੁਹਾਡਾ 10-15 ਦਿਨ ਖਰਾਬ ਹੋ ਜਾਂਦੇ ਆ ਵੀ ਆਪਾਂ ਵੀ ਕਿਹਨੂੰ ਬੁੱਕ ਕਰਨਾ, ਕਿੱਦਾਂ ਕਰਨਾ। ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਇਹਨਾਂ ਨੰਬਰਾਂ 'ਤੇ ਫੋਨ ਕਰ ਸਕਦੇ ਆ। ਤੁਹਾਡੇ ਵੀ ਘਰ ਦੇ ਵਿੱਚ ਫੰਕਸ਼ਨ, ਚਾਹੇ ਛੋਟਾ ਫੰਕਸ਼ਨ ਆ ਚਾਹੇ ਵੱਡਾ ਫੰਕਸ਼ਨ ਆ, ਸਾਹਿਬ DJ ਨੂੰ ਤੁਸੀਂ ਬੁੱਕ ਕਰ ਸਕਦੇ ਆ। ਤੁਹਾਡੀ ਸਾਰੀ ਟੈਨਸ਼ਨ ਇਹਨਾਂ ਦੇ ਮੋਢਿਆਂ 'ਤੇ ਆ ਜਾਂਦੀ ਆ। ਤੁਹਾਨੂੰ ਏਅਰਪੋਰਟ ਤੋਂ ਪਿਕ ਐਂਡ ਡ੍ਰੌਪ ਦੀ ਸਰਵਿਸ, ਤੁਹਾਨੂੰ ਇੱਥੇ ਵੈਡਿੰਗ ਦੀ, ਜਾਗੋ ਦੀ ਕੋਈ ਵੀ ਟੈਨਸ਼ਨ ਦੀ ਲੋੜ ਨਹੀਂ ਪੈਂਦੀ, ਤੁਹਾਨੂੰ ਗੱਡੀਆਂ ਦੀ ਟੈਨਸ਼ਨ ਨਹੀਂ ਪੈਂਦੀ ਹੈਗੀ, ਅਤੇ ਤੁਸੀਂ ਇੱਥੋਂ ਆ ਕੇ ਆਪਣੇ ਫਾਇਦੇ ਲੈ ਸਕਦੇ ਆ। ਬੜੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਤੁਹਾਡੀ ਜਿਹੜੀ ਸਰਵਿਸ ਕਰਦੇ ਆ। ਬਾਜੀ ਇੱਕ ਗੱਲ ਹੋਰ ਹੈਗੀ ਆ, DJ ਦੇ ਵਿੱਚ ਬਹੁਤ ਵੱਡਾ ਨਾਮ ਸੀਗਾ ਤੁਹਾਡਾ, ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਹੈਗਾ, ਖਾਸ ਤੌਰ 'ਤੇ ਵਰਲਡਵਾਈਡ ਵੀ ਲੋਕਾਂ ਨੂੰ ਪਤਾ ਤੁਹਾਨੂੰ ਫੋਲੋ ਕਰਦੇ ਆ। ਪਰ ਕੈਟਰਿੰਗ ਦੀ ਗੱਲ ਕਰ ਲਓ, ਤੁਸੀਂ ਡੈਕੋਰੇਸ਼ਨ ਦੀ ਗੱਲ ਕਰ ਲਓ, ਤੁਹਾਡਾ ਸਟਾਈਲ ਦੇਖਿਆ, ਜੇ ਤਾਂ ਕਿਸੇ ਨੂੰ 4-star ਚਾਹੀਦਾ ਤੁਸੀਂ 4-star ਸਰਵਿਸ ਦੇ ਦਿੰਦੇ ਹੋ, ਜੇ 5
कैटरिंग च की दे सकते, डेकोरेशन च की दे सकते, डिफरेंट पार्ट होने मेरे, जिदा मैं डीजे च डिफरेंट करदा, लग्जरी कारा च मेरे को डिफरेंट खड़ियाँ। उदा कारण यही है कि मैं शौक आ, मैं पैसों लिए नहीं काम करता, मैं शौक आ, मेरा सारा कुछ बिजनेस अपना, मैं अपग्रेड च होर लैके जाना। हजे तो कैटरिंग शुरुआत है भाजी मेरी। थोड़े असी स्टेजा भी देखिया, थोड़े सभ्याचारक ग्रुप भी देखे ना, जे बहरले लोग आ जां इत्थे वाले जिहड़े सभ्याचारक ग्रुप हैगे उह परिवारां विच बह के भी इंजॉय करदे आ, उह कहिंदे वी असीं अपना ब्याह इंजॉय बड़ा कीता, नहीं तां इदां हुंदा कई वेले भड़कीला जिहा कम बड़ा गलत हुंदा, पर सभ्याचार जिहनूं पंजाब दा सभ्याचार कहिंदे आ, तुसीं उह स्टेजां ते दिखाउणे वी हो। भाजी मैं सभ्याचारक दी गल करदे आ, सभ्याचारक तां आपां पंजाब दा जिहड़ा सीगा ना उह तां आपां करदे ही करदे आ, आपां तां गोरियां नूं पंजाबी किद्दां सिखाता, होर दसो की करिए, गोरियां हुण इत्थे आके पंजाबी किद्दां करदियां आ, गोरियां तुसीं मान सकदे आ वी गोरियां वी किद्दां कर सकदियां। ਤੁਹਾਡੀਆਂ ਮੇਰੀਆਂ ਕਿੰਨੀਆਂ ਵੀਡੀਓਸ ਮੈਂ ਤੁਹਾਨੂੰ ਦਿੰਦਾ ਜਿਹੜੀਆਂ ਗੋਰੀਆਂ ਨੇ ਗਿੱਧਾ ਔਲਰੈਡੀ ਸਟੇਜਾਂ 'ਤੇ ਮੇਰੇ ਪਰਫੋਰਮ ਕੀਤਾ ਹੋਇਆ। ਇਹ ਤਾਂ ਕਿਸੇ ਕੋਲ ਵੀ ਨਹੀਂ ਹੈਗਾ, ਅਸੀਂ ਤਾਂ ਉਹ ਬੰਦੇ ਨਚਾਤੇ ਜਿਨ੍ਹਾਂ ਨੂੰ ਨੱਚਣਾ ਨਹੀਂ ਆਉਂਦਾ, ਇਹ ਤਾਂ ਗੱਲਾਂ ਹੀ ਬਹੁਤ ਵੱਖਰੀਆਂ। ਸੋ ਡੀਜ਼ੇ, ਡੈਕੋਰੇਸ਼ਨਸ, ਕੈਟਰਿੰਗ, ਸੁਪਰ ਬਲਾਸਟ, ਸਾਰਾ ਕੁਛ ਇਹ ਦਿੰਦੇ ਹੈਗੇ ਆ। ਪਰ ਹੁਣ ਲਗਜ਼ਰੀ ਗੱਡੀਆਂ ਦੀ ਗੱਲ ਜ਼ਰੂਰ ਆਪਾਂ ਕਰਾਂਗੇ, ਕਿਉਂਕਿ ਲਗਜ਼ਰੀ ਗੱਡੀਆਂ ਤੋਂ ਬਿਨਾਂ ਵੀ ਵਿਆਹ ਅਧੂਰਾ ਹੈਗਾ। ਸਰ ਇੱਕ ਗੱਲ ਹੋਰ ਵੱਡੀ ਗੱਲ ਮੈਂ ਦੇਖੀ ਆ, 8-10 ਗੱਡੀਆਂ ਤੁਹਾਡੇ ਕੋਲ ਲਗਜ਼ਰੀ ਖੜੀਆਂ, ਕਰੋੜਾਂ ਦੀ ਇਹ ਪ੍ਰੋਪਰਟੀ ਤੁਹਾਡੇ ਕੋਲ ਖੜੀ ਆ, ਸਾਰੇ ਲਿਖ ਦਿੰਦੇ ਆ ਵੀ ਕਾਰ ਹੈ ਨਾ ਸਾਡੇ ਕੋਲ ਮਿਲਦੀ ਆ, ਪਰ ਗੱਡੀ ਇੱਕੋ ਹੀ ਖੜੀ ਹੁੰਦੀ ਬਾਹਰ, ਬਾਕੀ ਗੱਡੀਆਂ ਬਾਹਰੇ ਆਉਂਦੀਆਂ, ਪਰ ਤੁਸੀਂ ਤਾਂ ਟੋਪ ਟੋਪ ਦੀਆਂ ਗੱਡੀਆਂ ਸਾਰੀਆਂ ਬਾਹਰ ਲਾਈਆਂ ਆ। ਭਾਅ ਜੀ ਇਹ ਸਾਰੀਆਂ ਗੱਡੀਆਂ ਮੇਰੀਆਂ ਆਪਣੀਆਂ ਆ, ਹੈ ਨਾ, ਇਹ ਸਾਰੀਆਂ ਗੱਡੀਆਂ ਹੀ ਮੇਰੀਆਂ ਆਪਣੀਆਂ, ਮੇਰੇ ਕੋਲ ਕੰਮ ਇੰਨਾ ਆ, ਮੇਰੇ ਕੋਲ ਵਰਕਿੰਗ ਹੀ ਇੰਨੀ ਆ ਕਿ ਮੇਰੇ ਕੋਲ ਗੱਡੀਆਂ ਖੁਦ ਦੀਆਂ ਆਪਣੀਆਂ ਰੱਖੀਆਂ ਹੋਈਆਂ, ਹੈ ਨਾ, ਇਸ ਗੱਲ ਕਰਕੇ ਸਾਰੀਆਂ ਗੱਡੀਆਂ ਆਪਾਂ ਆਪਣੀਆਂ ਆ, ਇਹਦਾ ਰੇਟ ਸਭ ਕੁਛ ਜਾਇਜ਼ ਰੱਖੇ ਹੋਏ ਆ, ਇਹਦਾ ਤੁਹਾਨੂੰ ਮੈਂ ਇੰਟੀਰੀਅਰ ਡੈਕੋਰੇਸ਼ਨ ਦਿਖਾ ਦਿੰਦਾ ਕਿੰਨੀ ਟੋਪ ਕਲਾਸ ਦੀ ਹੈ ਸਾਡੀ। ਸੋ ਇੱਥੇ ਤੁਸੀਂ ਆ ਦੇਖੋ, ਇੱਕ ਜਿਹੜਾ ਤੁਹਾਡਾ ਡ੍ਰੀਮ ਹੁੰਦਾ ਨਾ ਬਈ ਮੈਂ ਤਾਂ ਬਾਈ ਲਿਮੋਜ਼ੈਨ 'ਚ ਜਾਣੀ ਆ, ਡੋਲੀ ਲੈਣਾ ਨਾ, ਆਹ ਲਿਮੋਜ਼ੈਨ ਗੱਡੀ ਖੜੀ ਆ, ਪੂਰਾ ਟਰੱਕ ਦਾ ਟਰੱਕ ਆ, ਇਹਦੇ ਵਿੱਚੇ ਕਮਰੇ ਬਣੇ ਆ, ਇਹਦੇ ਵਿੱਚੇ ਬਾਰ ਬਣੇ ਆ, ਵੀ ਤੁਸੀਂ ਫੀਲ ਕਰੋਗੇ ਵੀ ਹਾਂ ਬਈ ਰਾਜਿਆਂ ਵਾਂਗੂ ਆਪਾਂ ਵਿਆਹਣ ਚੱਲੇ ਹਾਂ। ਤੁਸੀਂ ਉਦੋਂ ਬਾਅਦ ਜੈਗੁਆਰ ਦੀ ਗੱਲ ਕਰ ਲਓ, ਜੈਗੁਆਰ ਦੇ ਮਾਡਲ ਕਾਫੀ ਖੜੇ ਆ, ਆਡੀ ਖੜੀ ਆ, ਜੀ ਵੈਗਨ ਖੜੀ ਆ, ਰੇਂਜ ਰੋਵਰਸ ਖੜੀਆਂ, ਜਿਹੜੀਆਂ ਅੱਜ ਕੱਲ੍ਹ ਟੌਪ ਦੀਆਂ ਗੱਡੀਆਂ ਚੱਲ ਰਹੀਆਂ ਆ ਉਹ ਤੁਹਾਨੂੰ ਇੱਥੇ ਮਿਲ ਜਾਂਦੀਆਂ ਆ। ਭਾਅ ਜੀ ਇੱਕ ਸਵਾਲ ਹੋਰ, ਗੱਡੀਆਂ ਤਾਂ ਬਹੁਤ ਵਧੀਆ ਆ, ਮਹਿੰਗੀਆਂ ਗੱਡੀਆਂ, ਲਗਜ਼ਰੀ ਗੱਡੀਆਂ ਹੈਗੀਆਂ ਨਾ, ਸਾਰੇ ਖੁਸ਼ ਵੀ ਹੁੰਦੇ ਹੋਣੇ ਆ ਵੀਡੀਓ ਦੇਖ ਕੇ, ਪਰ ਮੈਨੂੰ ਇਹ ਦੱਸੋ ਜਦੋਂ ਲੋਕ ਜਾਂਦੇ ਹੈਗੇ ਆ ਕਿਸੇ ਵੀ ਕਾਰ ਬਾਜ਼ਾਰ ਦੇ ਕੋਲ ਜਿੱਥੇ ਆਹ ਗੱਡੀਆਂ ਹੁੰਦੀਆਂ ਆ, ਵੈਡਿੰਗ ਕਾਰ ਜਿੱਥੋਂ ਮਿਲਦੀਆਂ ਹੈਗੀਆਂ ਨਾ, ਸਟਾਰਟਿੰਗ ਹੀ 35,000, 40,000, 50,000 ਤਾਂ ਹੁੰਦੀ ਆ। ਮੈਂ ਸਮਝਦਾ ਵੀ ਸਾਰੇ ਪ੍ਰਾਈਜ਼ ਵੱਖੋ ਵੱਖਰੇ ਹੋਣੇ ਆ ਨਾ, ਪਰ ਇੱਕ ਥੋੜ੍ਹਾ ਜਿਹਾ ਭੇਤ ਕੱਢੋ ਵੀ ਸਟਾਰਟਿੰਗ ਕਿੰਨੇ ਤੋਂ ਹੋਈ, ਕਿੰਨੇ ਦੀ ਤੁਸੀਂ ਗੱਡੀ ਸ਼ੁਰੂ ਦੇ ਦਿੰਦੇ? ਸ਼ੁਰੂਆਤ ਮੈਂ ਜੋ ਸੀਜ਼ਨ ਆਪਾਂ ਕਰੋਨਾ ਲੰਘਾ ਚੁੱਕੇ ਹਾਂ, ਸਾਰਿਆਂ ਦਾ ਬਜਟ ਹਿੱਲਿਆ ਹੋਇਆ, ਇਸ ਗੱਲ ਕਰਕੇ ਮੈਂ ਆਪਣੀ ਇੱਕ ਗੱਡੀ 10,000 ਰੁਪਏ 'ਚ ਦੇਣੀ, 10,000 ਰੁਪਏ 'ਚ। ਭਾਅ ਜੀ ਕਿਹੜਾ ਬ੍ਰਾਂਡ ਦੇ ਦੂੰਗਾ 10,000 'ਚ? ਆਡੀ ਭਾਅ ਜੀ, ਆਡੀ A6 ਦਊਂਗਾ 10,000 ਰੁਪਏ 'ਚ। ਇਹ ਹੁਣ ਤੁਸੀਂ ਆਪ ਦੇਖ ਲਓ, ਅੱਜ ਦੇ ਟਾਈਮ ਦੇ ਵਿੱਚ ਇਨੋਵਾ ਗੱਡੀ ਵੀ 10,000 ਦੀ ਨਹੀਂ ਦਿੰਦਾ ਕੋਈ, 10,000 ਦੀ ਇਨੋਵਾ ਗੱਡੀ ਨਹੀਂ ਮਿਲਦੀ। ਲੈ ਜਾਓ ਇੱਥੋਂ ਆਡੀ A6, ਤੁਹਾਨੂੰ 10,000 ਦੇ ਵਿੱਚ ਦੇ ਦਿੰਦੇ ਹੈਗੇ ਆ, ਲਗਜ਼ਰੀ ਗੱਡੀਆਂ ਹੈਗੀਆਂ। ਭਾਅ ਜੀ ਮੈਂ ਚਾਹੁੰਦਾ ਵੀ ਥੋੜ੍ਹੇ ਮੈਨੂੰ ਅੰਦਰੋਂ ਡੈਕੋਰੇਸ਼ਨ ਸਿਖਾ ਦਿਓ, ਕਿਤੇ ਇੱਦਾਂ ਨਾ ਹੋਵੇ ਨਾ ਵੀ ਜੇ ਪੈਸੇ ਥੋੜ੍ਹੇ ਆ ਤਾਂ ਕੋਈ ਨਾ ਕੋਈ ਅੰਦਰੋਂ ਗੜਬੜੀ ਇੰਟੀਰੀਅਰ ਦੀ ਨਾ ਹੋਵੇ। ਇੰਟੀਰੀਅਰ ਬਿਲਕੁਲ ਨਵਾਂ ਭਾਅ ਜੀ, ਬ੍ਰਾਂਡ ਨਵਾਂ, ਇੰਟੀਰੀਅਰ ਵਾਈਜ਼ ਹੈ ਨਾ, ਇੰਟੀਰੀਅਰ ਵਾਈਜ਼ ਸੁਪਰ ਹੈਗੀਆਂ, ਇੰਟੀਰੀਅਰ ਵਾਈਜ਼ ਬਹੁਤ ਵਧੀਆ ਚੀਜ਼ ਹੈਗੀਆਂ। ਉਦੋਂ ਬਾਅਦ ਜਦੋਂ ਗਾਣੇ ਚੱਲਣ ਲੱਗ ਪਏ ਵੀ ਜੀ ਵੈਗਨ, ਸਿੱਧੂ ਮੂਸੇਵਾਲੇ ਨੇ ਗਾਤਾ, ਹੋਰ ਸਿੰਗਰਸ ਨੇ ਗਾਤਾ, ਤਾਂ ਹਰ ਇੱਕ ਪੰਜਾਬ ਦਾ ਨੌਜਵਾਨ, ਚਾਹੇ ਜਿਹੜਾ NRI ਮੁੰਡਾ ਇੱਥੇ ਆ ਕੇ ਵਿਆਹ ਕਰਾਉਂਦਾ, ਉਹ ਵੀ ਕਹਿੰਦੇ ਸੀ ਜੀ ਵੈਗਨ ਦੇ ਵਿੱਚ ਜਾਣਾ, ਜੀ ਵੈਗਨ ਨਹੀਂ ਆਮ ਮਿਲਦੀਆਂ ਹੈਗੀਆਂ। ਹਾਂ ਆਡੀਆਂ, ਜੈਗੁਆਰ, ਮਰਸੀਡੀ ਸਾਰੀਆਂ ਆਉਂਦੀਆਂ, ਪਰ ਤੁਸੀਂ ਤਾਂ ਟਰੱਕ ਵੀ ਖੜਾ ਕਰਤਾ ਲਿਆ ਕੇ। ਜੀ ਵੈਗਨ ਖੜੀ ਭਾਅ ਜੀ, ਬਿਲਕੁਲ ਦੇਖ ਲਓ, ਤੁਹਾਡੇ ਸਾਹਮਣੇ ਖੜੀ ਆ, ਆਪਾਂ ਕਿਸੇ ਕੋਲ ਲੈਣ ਥੋੜ੍ਹੀ ਨਹੀਂ, ਆਪਣੇ ਕੋਲ ਖੜੀ ਆ, ਤੁਹਾਡੇ ਸਾਹਮਣੇ ਆ, ਤੁਹਾਡੀਆਂ ਅੱਖਾਂ ਮੋਹਰੇ ਖੜੀ ਗੱਡੀ, ਚੈੱਕ ਕਰੋ। ਸੋ ਆਹ ਵੀ ਦੇਖ ਲਓ ਜੀ, ਸਾਫ ਕਾਰਸ ਹੈ ਨਾ, ਸਾਫ ਕਾਰਸ ਹੈਗੀ ਆ ਜੀ ਵੈਗਨ। ਇਸ ਗੱਡੀ ਦੇ ਵਿੱਚ ਵੀ ਤੁਸੀਂ ਚਾਹੁੰਦੇ ਹੋ ਵੀ ਆਪਾਂ ਡੋਲੀ ਲੈ ਕੇ ਆਉਣੀ ਆ, ਤੁਸੀਂ ਲੈ ਕੇ ਆ ਸਕਦੇ ਆ। ਨਾਲ ਹੀ ਮੈਂ ਦਿਖਾ ਦਿੰਦਾ ਰੇਂਜ ਰੋਵਰ, ਰੇਂਜ ਰੋਵਰ ਦੇ ਵਿੱਚ ਵੀ ਮਾਡਲਸ ਹੈਗੇ ਆ, ਜੈਗੁਆਰ ਦੇ ਵਿੱਚ ਵੀ ਹੈਗੇ ਆ। ਭਾਅ ਜੀ ਮੈਂ ਹੋਰ ਵੀ ਇੱਕ ਤੁਹਾਨੂੰ ਫੋਲੋ ਕੀਤਾ ਸੀ ਫੇਸਬੁੱਕ 'ਤੇ, ਦੇਖਿਆ ਸੀ ਇਹ ਆਮ ਨਹੀਂ ਪਰ ਸਾਫ ਕਾਰ ਜਿਹੜਾ ਵੱਖਰਾ ਹੀ ਚੱਲ ਰਿਹਾ, ਸਾਫ ਡੀਜ਼ੇ ਨਾ, ਤੁਸੀਂ ਮੈਂ ਦੇਖਿਆ ਨਾਨਕਿਆਂ ਲਈ ਤੁਸੀਂ ਵੱਖਰੀ ਗੱਡੀ ਦਿੰਦੇ ਹੋ, ਦਾਦੀਆਂ ਲਈ ਤੁਸੀਂ ਵੱਖਰੀ ਗੱਡੀ ਦਿੰਦੇ ਹੋ, ਮਾਂ ਬਾਪ ਲਈ ਗੱਡੀ ਦਿੰਦੇ ਹੋ, ਮੁੰਡੇ ਕੁੜੀ ਲਈ ਗੱਡੀ ਵੱਖਰੀ ਦਿੰਦੇ ਹੋ, ਇਹ ਵੀ ਇੱਕ ਟ੍ਰੈਂਡ ਵੱਖਰਾ ਚੱਲ ਰਿਹਾ। ਇਹ ਭਾਅ ਜੀ ਜਿਹੜਾ ਟ੍ਰੈਂਡ ਚੱਲ ਰਿਹਾ ਨਾ, ਇਹ 5-6 ਗੱਡੀਆਂ ਦਾ ਟ੍ਰੈਂਡ ਜਿਹੜਾ ਚੱਲ ਰਿਹਾ, ਜਿਹੜਾ ਬੰਦਾ ਆਪਾਂ ਨੂੰ ਜੀ ਵੈਗਨ ਤੋਂ ਲੈ ਕੇ ਹਰ ਗੱਡੀ ਬੁੱਕ ਕਰਾਊਗਾ, ਇਹ ਤੁਹਾਡੇ ਬਿਹਾਫ 'ਤੇ ਮੈਂ ਬੋਲ ਰਿਹਾ। ਜੇ ਤੁਸੀਂ ਮੇਰੇ ਕੋਲ ਖੜੇ ਆ, ਉਹਨੂੰ ਆਪਾਂ ਅਗਰ ਉਹ 5 ਗੱਡੀਆਂ ਮੈਨੂੰ ਬੁੱਕ ਕਰਾਊਗਾ, 5 ਗੱਡੀਆਂ ਜੀ ਵੈਗਨ, ਲੈਮੋ, ਹੈ ਨਾ, ਇੱਦਾਂ 5 ਗੱਡੀਆਂ ਬੁੱਕ ਕਰਾਊਗਾ, ਉਹਨੂੰ 6ਵੀਂ ਗੱਡੀ ਮੈਂ ਆਪਣੇ ਵੱਲੋਂ ਫ੍ਰੀ ਦਊਂਗਾ, ਕੋਈ ਪੈਸਾ ਨਹੀਂ, 1 ਰੁਪਈਆ ਨਹੀਂ। ਹੋਰ ਇੱਕ ਤੁਹਾਨੂੰ ਮਜ਼ੇ ਦੀ ਗੱਲ ਦੱਸਦਾ, ਤੁਹਾਡੇ ਕਰਕੇ ਮੈਂ ਦੱਸਣ ਲੱਗਾ ਇੱਕ ਮਜ਼ੇ ਦੀ ਗੱਲ। ਮੇਰਾ ਡਰਾਈਵਰ ਅਗਰ ਗੱਡੀ ਲੈ ਕੇ ਜਾਂਦਾ ਵਾ ਨਾ, ਗੱਡੀ ਲੈ ਕੇ ਜਾਂਦਾ,
ਉਹ ਸ਼ਾਮ ਨੂੰ ਜਦੋਂ ਗੱਡੀ ਫ੍ਰੀ ਹੁੰਦੀ ਆ ਸ਼ਗਨ ਵੇਲੇ ਖੜ ਜਾਂਦੇ ਜੀ ਟਾਕੀ ਦੇ। ਅਗਰ ਮੇਰਾ ਡਰਾਈਵਰ ਗੱਡੀ ਦੀ ਟਾਕੀ ਤੇ ਖੜ ਜਾਵੇ ਉਹਨੂੰ ਪੇਮੈਂਟ ਮੇਰੀ ਜਿਹੜੀ ਆ ਪੇਮੈਂਟ ਨਹੀਂ ਦੇਣੀ, ਉਹਨੂੰ ਉਹਦਾ ਸ਼ਗਨ ਦੇ ਦਿਓ। ਉਹ 5000 ਮੰਗਦਾ 10000 ਮੰਗਦਾ ਉਹ ਦੇ ਦਿਓ ਉਹਨੂੰ, ਮੇਰੀ ਪੇਮੈਂਟ ਨਾ ਦਿਓ ਕਿ ਅਸੀਂ ਭਾਜੀ ਨੂੰ ਦੇ ਦਾਂਗੇ ਆਪੇ ਆਫਿਸ ਜਾ ਕੇ, ਉਹ ਮੇਰੀ ਪੇਮੈਂਟ ਰੱਖ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ, ਠੀਕ ਆ। ਦੂਸਰੀ ਗੱਲ, ਮੇਰਾ ਜਿਹੜਾ ਡਰਾਈਵਰ ਆ ਨਾ ਉਹ ਵੈਲ ਡਰੈਸ 'ਚ ਹੋਊਗਾ, ਜਿੱਦਾਂ ਭਾਜੀ ਮੇਰੇ ਖੜੇ ਆ ਦੇਖੋ, ਇੱਦਾਂ ਦੀ ਡਰੈਸਅਪ ਹੋਊਗਾ, ਪ੍ਰੋਪਰ ਡਰੈਸਅਪ ਹੋਊਗਾ ਡਰਾਈਵਰ ਦਾ। ਇਹ ਨਹੀਂ ਬਲੈਕ ਸ਼ਰਟ ਵਾਈਟ ਸ਼ਰਟ ਬਲੈਕ ਪੈਂਟ ਜਾਂ ਗ੍ਰੇ ਕਲਰ, ਮਤਲਬ ਕਿ ਵੈਲ ਡਰੈਸਅਪ ਹੋਊਗਾ ਸਾਡਾ। ਇਹ ਨਹੀਂ ਹੋਊਗਾ ਕਿ ਤੁਹਾਨੂੰ ਲੱਗੂਗਾ ਕਿ ਯਾਰ ਇਹ ਉੱਦਾਂ ਹੀ ਆ, ਕਿਉਂਕਿ ਇਹ ਇੱਕ ਵੱਡੀ ਗੱਲ ਆ ਭਾਜੀ, ਬਹੁਤ ਵੱਡੀ ਗੱਲ ਆ। ਪੂਰੇ ਪੰਜਾਬ ਦੇ ਵਿੱਚ ਇਹ ਰਿਵਾਜ਼ ਚੱਲਦੇ ਆ, ਇੱਕ ਤਾਂ ਅਗਲਾ 20-25-30-40-50 ਹਜ਼ਾਰ ਜਿੱਦਾਂ ਦੀ ਗੱਡੀ ਆ ਉਹ ਕਿਰਾਇਆ ਦਿੰਦਾ। ਉਸ ਤੋਂ ਬਾਅਦ ਜਿਹੜੇ ਡਰਾਈਵਰ ਹੁੰਦੇ ਆ ਨਾ ਗੱਡੀਆਂ ਦੇ ਬਾਹਰ ਖੜ ਜਾਂਦੇ ਰੀਬਨ ਲੈ ਕੇ ਵੀ ਲਿਆਓ ਜੀ ਤਾਂ ਨਿਕਲ ਜਾਣਾ, ਸਾਨੂੰ ਕੁਛ ਦਿਓ ਸ਼ਗਨ ਨਾ, ਕੋਈ 5000 ਕੋਈ 10000 ਮੰਗਦਾ, ਉਦੋਂ ਪਰਿਵਾਰਾਂ 'ਤੇ ਬੋਝ ਪੈਂਦਾ। ਪਰ ਬਾਈ ਜੀ ਨੇ ਸਾਫ਼ ਸੁਥਰੀ ਗੱਲ ਕਰਤੀ ਵੀ ਇਹਨਾਂ ਦਾ ਡਰਾਈਵਰ ਤਾਕੀ 'ਤੇ ਨਹੀਂ ਖੜੂਗਾ, ਜੇ ਖੜੂਗਾ ਤੁਸੀਂ ਉਹਨੂੰ ਪੈਸੇ ਦੇ ਦਿਓ ਗੱਡੀ ਦੇ ਪੈਸੇ ਛੱਡੇ। ਇਹ ਵੀ ਇੱਕ ਵੱਡੀ ਗੱਲ ਹੈਗੀ। ਦੂਜੀ ਗੱਲ, ਤੁਸੀਂ ਇੱਥੋਂ ਅੱਜ ਕੱਲ੍ਹ ਇਹ ਵੀ ਟ੍ਰੈਂਡ ਚੱਲਦਾ ਆ ਵੀ 5-5-6-6 ਗੱਡੀਆਂ ਇੱਕ ਡੋਲੀ ਇੱਕ ਵਿਆਹ ਦੇ ਵਿੱਚ ਜਾਂਦੀਆਂ ਹੈਗੀਆਂ 5-5, ਵੀ ਇੱਕ ਮੰਮ ਡੈਡ ਦੀ, ਇੱਕ ਹੈਗੀ ਆ ਮਾਮੇ ਮਾਮੀ ਦੀ, ਇੱਕ ਤਾਏ ਤਾਏ ਦੀ, ਇੱਕ ਚਾਚੇ ਚਾਚੀ ਦੀ, ਇੱਦਾਂ ਦੀਆਂ ਗੱਡੀਆਂ ਨਾ। ਤੁਸੀਂ 5 ਗੱਡੀਆਂ ਲੈ ਜਾਓ ਇੱਥੋਂ, ਜੈਗੁਆਰ ਲੈ ਜਾਓ, ਲਿਮੋਜ਼ਿਨ ਲੈ ਜਾਓ, ਚਾਹੇ ਤੁਸੀਂ ਜੀਪ ਵੈਗਨ ਲੈ ਜਾਓ, ਰੇਂਜ ਰੋਵਰ ਲੈ ਜਾਓ, 5 ਗੱਡੀਆਂ ਦੇ ਤੁਸੀਂ ਪੈਸੇ ਦੇ ਦਿਓ, ਸਾਂਝ ਟੀ ਦਾ ਸਕਰੀਨਸ਼ਾਟ ਲੈ ਕੇ ਇੱਥੇ ਪਹੁੰਚ ਜਾਓ, ਆਹ ਗੱਡੀ ਆਹ ਸਾਨੂੰ ਬਿਲਕੁਲ 6ਵੀਂ ਗੱਡੀ ਫ੍ਰੀ ਦੇਣਗੇ। ਇੱਦਾਂ ਦੀਆਂ ਤੁਹਾਨੂੰ ਅਨਾਊਂਸਮੈਂਟ ਨਹੀਂ ਮਿਲੀਆਂ। ਪਹਿਲੀ ਗੱਲ ਤਾਂ ਜੋ ਰੇਟ ਦਿੰਦੇ ਆ ਉਹ ਰੇਟ ਕੋਈ ਨਹੀਂ ਦਿੰਦਾ, ਰੇਟ ਵੀ ਘੱਟ ਹੈਗੇ ਆ, ਤੁਹਾਨੂੰ ਫੈਸਿਲਿਟੀਜ਼ ਵੀ ਜ਼ਿਆਦੀਆਂ ਹੈਗੀਆਂ, 5 ਗੱਡੀਆਂ ਦੇ ਨਾਲ 6ਵੀਂ ਗੱਡੀ ਤੁਹਾਨੂੰ ਫ੍ਰੀ ਮਿਲਦੀ ਆ। ਸੋ ਇਹੋ ਜਿਹੀਆਂ ਸਰਵਿਸਿਜ਼ ਪੂਰੇ ਪੰਜਾਬ ਦੇ ਵਿੱਚ ਸਾਫ ਡੀਜ਼ਲ ਦੇ ਰਿਹਾ ਆ। ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਆ, ਤੁਹਾਨੂੰ ਹੁਣ ਇੱਦਾਂ ਨਹੀਂ ਹੈਗਾ ਵੀ ਭਤੀਜੇ ਨੂੰ ਭੇਜ ਦਿਓ, ਭਾਣਜੇ ਨੂੰ, ਤਾਏ ਨੂੰ, ਚਾਚੇ ਨੂੰ ਵੀ ਯਾਰ ਉਹ ਬੁੱਕ ਕਰਕੇ ਆਓ, ਉਹ ਬੁੱਕ ਕਰਕੇ ਨਾ। ਇੱਕ ਫੋਨ ਕਰਨਾ ਤੁਸੀਂ, ਸਕਰੀਨ 'ਤੇ ਨੰਬਰ ਹੈਗਾ, ਇਸ ਨੰਬਰ 'ਤੇ ਫੋਨ ਕਰੋ, ਤੁਸੀਂ ਦੱਸੋ ਵੀ ਸਾਡੀ ਜਨਵਰੀ ਫਰਵਰੀ ਨਵੰਬਰ ਦਸੰਬਰ ਦੇ ਵਿੱਚ ਆਹ ਡੇਟਸ ਹੈਗੀਆਂ, ਵੀ ਸਾਨੂੰ ਤੁਸੀਂ ਦਿਓ ਆਪਣਾ ਨਾ ਕੋਈ ਕੀ ਪ੍ਰਾਈਜ਼ ਹੈਗਾ। ਡੀਜ਼ੇ, ਡੈਕੋਰੇਸ਼ਨਸ, ਕੈਟਰਿੰਗ, ਲਗਜ਼ਰੀ ਕਾਰਸ, ਹੋਰ ਬਹੁਤ ਸਾਰਾ ਬੈਂਡ ਵੀ ਤੁਸੀਂ ਬੁੱਕ ਕਰਨਾ, ਮਤਲਬ ਤੁਹਾਡੇ ਪੂਰੇ ਵਿਆਹ ਦੀ ਜ਼ਿੰਮੇਵਾਰੀ ਸਾਫ ਡੀਜ਼ੇ ਵੱਲੋਂ ਮਨਜੀਤ ਭਾਜੀ ਚੱਕਦੇ ਆ। ਇਹ ਤੁਸੀਂ ਆਪਣਾ ਫਾਇਦਾ ਲੈ ਕੇ ਜਾ ਸਕਦੇ ਥੋੜ੍ਹੇ ਪੈਸਿਆਂ ਦੇ ਵਿੱਚ ਲਗਜ਼ਰੀ ਵਿਆਹ। ਲੋਕ ਜਦੋਂ ਵਿਆਹ ਤੋਂ ਆਉਂਦੇ ਆ ਬਾਕੀ ਦੂਜੇ ਦਿਨ ਪੂਰੇ ਪਰਿਵਾਰ ਸਮੇਤ ਇਹਨਾਂ ਦਾ ਥੈਂਕ ਯੂ ਕਰਨ ਇੱਥੇ ਆਉਂਦੇ ਆ, ਸਾਫ ਡੀਜ਼ੇ ਐਂਡ ਵੈਡਿੰਗ ਕਾਰਸ ਇੱਥੇ ਆਉਂਦੇ ਆ। ਤੁਹਾਡੀ ਸਕਰੀਨ 'ਤੇ ਨੰਬਰ ਵੀ ਹੈਗਾ ਆ, ਤੁਹਾਡੀ ਸਕਰੀਨ 'ਤੇ ਐਡਰੈਸ ਵੀ ਆ ਗਿਆ ਆ, ਕੋਈ ਹੋਰ ਜਾਣਕਾਰੀ ਲੈਣੀ ਤੁਸੀਂ ਉਹ ਲੈ ਕੇ ਜਾ ਸਕਦੇ ਆ। ਸਰ ਲਾਸਟ ਦੇ ਵਿੱਚ ਹੋਰ ਕੀ ਕਹੋਗੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ? ਭਾਜੀ ਮੈਂ ਤੁਹਾਨੂੰ ਵੈਸੇ ਦੱਸਣ ਲੱਗਾ, ਜਿਹੜੇ ਬੰਦੇ ਨਾ ਗੱਡੀ ਲਗਜ਼ਰੀ ਕਾਰ ਦਾ ਕੰਮ ਕਰਦੇ, ਮੈਨੂੰ ਨਹੀਂ ਪਤਾ ਨਾ, ਉਹ ਬੰਦੇ ਸਿਰਫ ਤਾਂ ਸਿਰਫ ਗੱਡੀ ਬੁੱਕ ਕਰਦੇ ਆ, ਫਿਰ ਡੈਕੋਰੇਸ਼ਨ 'ਤੇ ਫਸਾ ਲੈਂਦੇ ਆ ਵੀ ਡੈਕੋਰੇਸ਼ਨ ਦੇ ਵੱਖਰੇ ਆਹ ਪੈਸੇ ਇੰਨੇ ਡੈਕੋਰੇਸ਼ਨ ਦੇ ਲੱਗੇ। ਮੇਰੀ ਜਿਹੜੀ ਡੈਕੋਰੇਸ਼ਨ ਵਿਦ ਆਊਗੀ, ਡੈਕੋਰੇਸ਼ਨ ਦਾ 1 ਰੁਪਈਆ ਚਾਰਜ ਨਹੀਂ ਹੈਗਾ। ਤੁਸੀਂ 10000 ਰੁਪਏ 'ਚ ਗੱਡੀ ਕਰਾ ਲਓ, ਤੁਸੀਂ 60000 'ਚ ਕਰਾ ਲਓ, ਸਿਰਫ ਆਪਾਂ ਡੈਕੋਰੇਸ਼ਨ ਵਿਦ ਦੇਣੀ ਤੁਹਾਨੂੰ ਫ੍ਰੀ, ਉਹਦਾ ਕੋਈ 1 ਰੁਪਈਆ ਚਾਰਜਿਸ ਨਹੀਂ ਹੋਊਗਾ। ਨਹੀਂ ਤਾਂ ਲੋਕ ਕੀ ਕਰਦੇ ਆ, ਬੁਕਿੰਗ ਤੋਂ ਬਾਅਦ 2000 ਰੁਪਈਆ ਡੈਕੋਰੇਸ਼ਨ ਦਾ ਪਦੋ, ਸਾਡੇ ਕੋਲ ਕੋਈ ਨਹੀਂ ਹੈਗਾ ਇੱਦਾਂ ਦਾ, ਅਸੀਂ ਆਪ ਖੁਦ ਕਰਾ ਕੇ ਦੇਵਾਂਗੇ ਤੁਹਾਨੂੰ ਡੈਕੋਰੇਸ਼ਨ ਦੇ। ਕੋਈ ਵੀ ਪੰਜਾਬ ਦੇ ਲੋਕਾਂ ਦੀਆਂ ਇਹ ਅੰਦਰਲੇ ਭੇਜਦੇ ਆ, ਤੁਹਾਡੀਆਂ ਅੱਖਾਂ ਖੋ ਰਹੇ ਆ ਨਾ, ਕਿੱਦਾਂ ਲੁੱਟ ਹੋ ਰਹੀ ਆ, ਕਿੱਦਾਂ ਲੋਕ ਲੁੱਟਦੇ ਆ, ਪਹਿਲਾਂ ਗੱਡੀ ਦੇ ਪੈਸੇ, ਫਿਰ ਤੁਹਾਡੇ ਕੋਲੋਂ ਡੈਕੋਰੇਸ਼ਨ ਦੇ ਪੈਸੇ, ਫਿਰ ਉਹਨਾਂ ਦਾ ਡਰਾਈਵਰ, ਲਿਆਓ ਜੀ ਸਾਨੂੰ ਪੈਸੇ, ਹੈ ਨਾ, ਤੁਸੀਂ ਸਾਰੇ ਪਾਸੇ ਲੁੱਟ ਹੋ ਜਾਂਦੇ ਆ, ਡਬਲ ਪੈਸੇ ਦੇ ਕੇ ਛੁੱਟਦੇ ਹੋ। ਪਰ ਇੱਥੇ ਸਾਫ਼ ਸੁਥਰੀ ਸਿੱਧੀ ਜਿਹੀ ਗੱਲ ਆ, ਗੱਡੀ ਦੇ ਪੈਸੇ ਦੇਣੇ ਤੁਸੀਂ, ਕੋਈ ਡੈਕੋਰੇਸ਼ਨ ਦਾ ਪੈਸਾ ਨਹੀਂ ਦੇਣਾ, ਕੋਈ ਡਰਾਈਵਰ ਨੂੰ ਪੈਸਾ ਨਹੀਂ ਦੇਣਾ, ਸਾਫ਼ ਸੁਥਰੇ ਸ਼ਬਦਾਂ ਦੇ ਵਿੱਚ ਅੱਧੇ ਪੈਸਿਆਂ ਦੇ ਵਿੱਚ ਤੁਹਾਡਾ ਕੰਮ ਹੋ ਜਾਣਾ ਆ। ਤੁਸੀਂ ਆਓ, ਸਾਰੇ ਲੋਕ 25 ਸਾਲਾਂ ਤੋਂ ਜੁੜੇ ਹੋਏ ਆ। ਬਾਈ ਜੀ ਇੱਕ ਗੱਲ ਹੋਰ ਹੈਗੀ ਆ, ਲੋਕ ਕਸਟਮਰ ਇੱਕ ਵਾਰੀ ਆਉਂਦਾ, ਦੂਜੀ ਵਾਰੀ ਨਹੀਂ ਆਉਂਦਾ, ਅਗਲੇ ਕਹਿੰਦੇ ਅਸੀਂ ਤਾਂ ਲੁੱਟ ਹੋ ਗਏ, ਜਾਂ ਉਹ ਕਹਿੰਦੇ ਸਾਨੂੰ ਸਰਵਿਸ ਨਹੀਂ ਮਿਲੀ। ਪਰ 25 ਸਾਲਾਂ ਤੋਂ ਦਾਦਕੇ ਨਾਨਕੇ ਜਿੰਨੇ ਵੀ ਪਰਿਵਾਰਾਂ ਦੇ ਪਰਿਵਾਰ ਸਾਡੇ ਨਾਲ ਜੁੜੇ ਆ, ਇਹ ਵੀ ਇੱਕ ਬਾ ਕਮਾਲ ਆ ਤੁਹਾਡੀ ਗੱਲ। ਭਾਜੀ ਮੇਰੇ ਕੋਲ ਜਿਹੜਾ ਜਿਹੜਾ ਜਿਹੜੇ ਮੇਰੇ ਕਸਟਮਰ ਹੈ ਨਾ, ਉਹ ਮੇਰੇ ਕਸਟਮਰ ਨਹੀਂ ਹੈਗੇ, ਹੈ ਨਾ, ਮੇਰੇ ਰਿਸ਼ਤੇਦਾਰੀ ਬਣ ਗਏ, ਮੇਰੇ ਭਰਾ ਬਣ ਗਏ। ਇਸ ਗੱਲ ਕਰਕੇ ਜਿਹੜਾ ਕਸਟਮਰ ਮੇਰੇ ਨਾਲ ਜੁੜਿਆ ਨਾ 25 ਸਾਲ ਤੋਂ, ਅੱਜ ਵੀ ਮੇਰੇ ਨਾਲ ਹੀ ਆ। ਉਹ ਚਾਹੇ ਜਿੰਨੇ ਮਰਜ਼ੀ ਡੀਜੇ ਖੁੱਲ੍ਹ ਗਏ, ਜਿੰਨੀਆਂ ਮਰਜ਼ੀ ਗੱਡੀਆਂ ਆ ਗਈਆਂ, ਕੋਈ ਉਹਨਾਂ ਦਾ ਮਤਲਬ ਨਹੀਂ। ਉਹਨਾਂ ਨੇ ਬਾਹਰ ਬੈਠੇ ਕੋਲ ਕਰਦੇ, ਸਾਹ ਭਾਜੀ ਆਹ ਕੰਮ ਕਰਾ ਦੇ, ਸਾਹ ਭਾਜੀ ਆਹ ਕੰਮ ਕਰਾ ਦੇ, ਉਹ ਸਾਰੇ ਕੰਮ ਮੇਰੇ ਤੋਂ ਹੀ ਹੁੰਦੇ ਆ। ਜਿਹੜੀਆਂ ਮੇਰੀਆਂ ਪੱਕੀਆਂ ਪਾਰਟੀਆਂ ਮੇਰੇ ਨਾਲ ਜੁੜੀਆਂ ਹੋਈਆਂ, ਜਿਹਨਾਂ ਨਾਲ ਮੈਂ ਫੰਕਸ਼ਨ ਲਾਏ ਆ, ਉਹਨਾਂ ਨੂੰ ਕੋਈ ਮਤਲਬ ਨਹੀਂ ਰੇਟ ਤੇਰਾ ਕੀ ਆ ਕੀ ਨਹੀਂ ਲੈਂਦਾ। ਉਹ ਮੈਂ ਆ ਕੇ ਜੋ ਉਹਨਾਂ ਨੂੰ ਕਹਿਤਾ ਡਨ, ਆਹ ਚੱਕ ਪੈਸੇ, ਸਾਡਾ ਕੰਮ ਕਰ, ਕਿਉਂਕਿ ਉਹਨਾਂ ਨੂੰ ਸਿਰਦਰਦੀ ਹੈ ਨਹੀਂ ਭਾਜੀ, 1 ਰੁਪਏ ਦੀ ਸਿਰਦਰਦੀ ਨਹੀਂ, 1 ਪੈਣੀ ਦੀ ਸਿਰਦਰਦੀ ਨਹੀਂ ਮੈਂ ਦਿੰਦਾ। ਉਹ ਇਸ ਗੱਲ ਕਰਕੇ ਉਹ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਪਤਾ ਇਹਦਾ ਕੰਮ ਸਾਫ਼ ਸੁਥਰਾ ਆ, ਜੋ ਕਹਿਤਾ ਉਹ ਹੁੰਦਾ ਆ। ਇਹ ਨਹੀਂ ਹੈਗਾ ਕਹਿਣਾ ਕੁਛ ਕਰਨਾ ਕੁਛ, ਕੀਤੀ ਲੈਮੋਜਿਨ ਭੇਜੀ ਉੱਥੇ ਮਸਡੀ, ਇੱਦਾਂ ਨਹੀਂ ਕਦੀ ਹੋਇਆ। ਇਹ ਆਪਾਂ ਆਪਣਾ ਕੰਮ ਇਹ ਆ ਕਿ ਜੋ ਕਹਿਆ ਕਮਿਟ ਇਜ਼ ਕਮਿਟਮੈਂਟ।
ਸੋ ਤੁਸੀਂ ਰਾਇਲ ਸਰਵਿਸ ਲੈਣੀ ਆ, ਲਗਜ਼ਰੀ ਸਰਵਿਸ ਲੈਣੀ ਆ, ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਮੁੰਡੇ ਦਾ ਵਿਆਹ ਜਿਹੜਾ ਸ਼ਾਨਦਾਰ ਹੋਵੇ, ਤੁਸੀਂ ਚਾਹੁੰਦੇ ਹੋ ਤੁਹਾਡੇ ਮੁੰਡੇ ਦਾ ਵਿਆਹ ਸਦਾ ਹੀ ਚੇਤਾ ਰਹੇ, ਹੈ ਨਾ, ਗਾਹਾਂ ਉਹਨਾਂ ਦੇ ਨਿਆਣੇ ਵੀ ਚੇਤੇ ਕਰਨ ਵੀ ਭਾਪੇ ਨੂੰ ਵਿਆਹ ਕੇ ਲਿਆਏ ਸੀ, ਗੱਡੀਆਂ ਗਈਆਂ ਸੀ, ਡੀਜ਼ੇ ਹੋਇਆ ਸੀ, ਡੈਕੋਰੇਸ਼ਨਸ ਹੋਈ ਸੀ, ਇੱਕੋ ਹੀ ਆਪਸ਼ਨ ਆ ਬਾਈ ਤੁਹਾਡੇ ਕੋਲ, ਸਾਹਿਬ ਡੀਜ਼ੇ ਫਗਵਾੜਾ। ਟੈਲੀਫੋਨ ਨੰਬਰ ਸਕਰੀਨ 'ਤੇ ਆ, ਐਡਰੈਸ ਸਕਰੀਨ 'ਤੇ ਆ ਰਿਹਾ ਆ, ਆਫਿਸ ਹੈਗਾ ਆ, ਤੁਸੀਂ ਇੱਥੇ ਆ ਜਾਓ, ਪੈਸੇ ਤੁਹਾਡੇ ਬਚਣੇ ਆ, ਪੈਸਿਆਂ ਦੀ ਟੈਨਸ਼ਨ ਨਾ ਲਓ, ਟਾਈਮ ਵੀ ਤੁਹਾਡਾ ਬਚਣਾ ਆ, ਸਰਵਿਸ ਤੁਹਾਨੂੰ ਬਹੁਤ ਵਧੀਆ ਮਿਲਣੀ, 5 ਸਟਾਰ ਤੁਹਾਨੂੰ ਸਰਵਿਸ ਮਿਲਣੀ ਆ, ਹੋਟਲਾਂ ਨੂੰ ਵੀ ਪਿੱਛੇ ਇਹ ਛੱਡ ਰਹੇ ਆ। ਕੋਈ ਹੋਰ ਵੀ ਜਾਣਕਾਰੀ ਲੈਣੀ ਆ ਨੰਬਰ 'ਤੇ ਫੋਨ ਕਰ ਲਿਓ। ਕੈਮਰਾਮੈਨ ਸੁਖਨਿੰਦਰ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਫਗਵਾੜਾ।